ਸੱਜਰੀਏ ਗੱਲ ਦੋਸਤੋ ਮੈਂ ਚਰਨਜੀਤ ਸਿੰਘ ਤੁਸੀਂ ਬਣੇ ਹੋ ਆਪਣੇ YouTube ਚੈਨਲ Agri Advice ਦੇ ਨਾਲ ਝੋਨੇ ਦਾ ਸੀਜ਼ਨ ਲੱਗ ਗਿਆ ਆ ਗਿਆ ਹੈ ਤੇ ਜ਼ਿਮੀਂਦਾਰਾਂ ਦੇ ਵਿੱਚ ਉਹੀ ਗੱਲਾਂ ਚੱਲਦੀਆਂ ਨੇ ਕਿ ਕਿਹੜੀ ਵੈਰਾਈਟੀ ਜਿਹੜੀ ਹੈ ਇਸ ਵਾਰੀ ਲਾਈ ਜਾਵੇ ਜਿਹਦਾ ਚਾਰ ਆਪਾਂ ਨੂੰ ਬਹੁਤ ਵਧੀਆ ਜਿਹੜਾ ਦੇਖਣ ਨੂੰ ਮਿਲੇ ਕਿਉਂਕਿ ਵੈਰਾਈਟੀਆਂ ਬਹੁਤ ਨੇ ਵੈਰਾਈਟੀਆਂ ਤੁਸੀਂ ਗਿਣਦੇ ਗਿਣਦੇ ਥੱਕ ਜਾਓਗੇ ਪਰ ਵੈਰਾਈਟੀਆਂ ਨਹੀਂ ਮੁੱਕਦੀਆਂ ਇੰਨੀਆਂ ਕੁ ਜ਼ਿਆਦੀਆਂ ਵੈਰਾਈਟੀਆਂ ਨੇ ਯੂਨੀਵਰਸਿਟੀ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਜਾਂ ਫਿਰ ਪ੍ਰਾਈਵੇਟ ਜਿਹੜੀਆਂ ਹੈਗੀਆਂ ਨੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਕਿਸਮਾਂ ਦੇ ਵਿੱਚੋਂ ਕੁਝ ਜਿਹੜੀਆਂ ਵੈਰਾਈਟੀਆਂ ਚਾ ਤੀਆਂ ਗਈਆਂ ਨੇ ਜਾਂ ਫਿਰ ਉਹ ਪ੍ਰਾਈਵੇਟ ਨੇ ਜਿਨ੍ਹਾਂ ਦੇ ਝਾੜ ਪਿਛਲੇ 1-2 ਸਾਲਾਂ ਦੇ ਵਿੱਚ ਆਪਾਂ ਨੂੰ ਕਾਫੀ ਵਧੀਆ ਜਿਹੜੇ ਆ ਉਹ ਦੇਖਣ ਨੂੰ ਮਿਲੇ ਨੇ ਟੌਪ 5 ਕਿਸਮਾਂ ਦੇ ਵਿੱਚ ਉਹਨਾਂ ਨੇ ਆਪਣੀ ਜਗ੍ਹਾ ਜਿਹੜੀ ਉਹ ਬਣਾਈ ਹੈ ਸੋ ਇਹਨਾਂ ਕਿਸਮਾਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਰ ਸਭ ਤੋਂ ਪਹਿਲਾਂ ਜਿਹੜੇ ਨਵੇਂ ਜ਼ਿੰਮੇਵਾਰ ਪਹਿਲੀ ਵਾਰੀ ਕੋਈ ਕਿਸਾਨ ਆਪਣੇ ਚੈਨਲ ਤੇ ਪਹੁੰਚੇ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਾ ਇੱਕ ਜਿਹੜਾ ਬੈਲ ਦਾ ਬਟਨ ਵੀ ਜ਼ਰੂਰ ਦਬਾ ਲਓ ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਜਿਹੜੀਆਂ ਇਸੇ ਤਰ੍ਹਾਂ ਦੀਆਂ ਖੇਤੀਬਾੜੀ ਦੇ ਨਾਲ ਸੰਬੰਧਤ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਦੋਸਤੋ ਪਹਿਲਾਂ ਵੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਕਿਸਮਾਂ ਬਹੁਤ ਨੇ ਕਿਸਮਾਂ ਤੁਸੀਂ ਗਿਣਦੇ ਗਿਣਦੇ ਥੱਕ ਜਾਓਗੇ ਚੋਣੇ ਦੀਆਂ ਇੰਨੀਆਂ ਕੁ ਜ਼ਿਆਦੀਆਂ ਵੈਰਾਈਟੀਆਂ ਨੇ ਪ੍ਰਾਈਵੇਟ ਪਲੱਸ ਯੂਨੀਵਰਸਿਟੀ ਵੱਲੋਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਪਰ ਇਹਨਾਂ ਦੇ ਇੰਨੀਆਂ ਸਾਰੀਆਂ ਵੈਰਾਈਟੀਆਂ ਦੇ ਵਿੱਚੋਂ ਇੱਕ ਵਧੀਆ ਵੈਰਾਈਟੀ ਆਪਣੇ ਲਈ ਚੁਣਨਾ ਜ਼ਿਮੀਂਦਾਰਾਂ ਦੇ ਲਈ ਹਰ ਸਾਲ ਹੀ ਇੱਕ ਜਿਹੜੀ ਹੈ ਕਾਫੀ ਵੱਡੀ ਦਿੱਕਤ ਹੁੰਦੀ ਏ। ਹਾਲਾਂਕਿ ਚਾਹੇ ਕੋਈ ਵੀ ਫਸਲ ਹੈ ਹਰ ਇੱਕ ਫਸਲ ਦੇ ਵਿੱਚ ਇਹ ਜਿਹੜਾ ਸਿਸਟਮ ਚੱਲਦਾ ਹੈ ਕਿ ਕੋਈ ਵੀ ਵੈਰੈਟੀ ਸਾਰੇ ਇਲਾਕਿਆਂ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦੀ ਕੁਝ ਇਲਾਕਿਆਂ ਦੇ ਵਿੱਚ ਕੋਈ ਵੈਰਾਈਟੀਆਂ ਕਾਮਯਾਬ ਹੁੰਦੀਆਂ ਨੇ ਕੁਝ ਇਲਾਕਿਆਂ ਦੇ ਵਿੱਚ ਕੋਈ ਵੈਰਾਈਟੀਆਂ ਜਿਹੜੀਆਂ ਉਹ ਕਾਮਯਾਬ ਹੁੰਦੀਆਂ ਨੇ ਇਹ ਜਿਹੜੀਆਂ ਵੈਰਾਈਟੀਆਂ ਆ ਜਿਹੜੀਆਂ ਕਿਸਮਾਂ ਦੇ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਇਹ ਲਗਭਗ 70 ਤੋਂ ਲੈ ਕੇ 80% ਏਰੀਏ ਦੇ ਵਿੱਚ ਕਾਮਯਾਬ ਹੀ ਦੇਖੀਆਂ ਗਈਆਂ ਨੇ ਪਰ ਫਿਰ ਵੀ ਇਹਨਾਂ ਵੈਰਾਈਟੀਆਂ ਨੂੰ ਬੀਜਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਆਪਣੇ ਆਸ-ਪਾਸ ਦੇ ਜ਼ਿਮੀਂਦਾਰਾਂ ਦੇ ਕੋਲੋਂ ਜ਼ਰੂਰ ਪਤਾ ਕਰਨਾ ਹੈ ਤੁਹਾਡੇ ਆਸ-ਪਾਸ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜੇ ਇਹਨਾਂ ਦੇ ਵਿੱਚੋਂ ਕੋਈ ਕਿਸਮ ਜਿਹੜੀ ਲੱਗੀ ਹੈ ਚੰਗਾ ਉਹਨੇ ਪਰਫਾਰਮ ਕੀਤਾ ਹੈ ਤਾਂ ਤੁਸੀਂ ਇਹਨਾਂ ਵੈਰੈਟੀਆਂ ਦੀ ਬਜਾਈ ਜਿਹੜੀ ਆ ਕਰ ਸਕਦੇ ਹੋ ਇਹ ਚੰਗੇ ਪਾਣੀ ਚੰਗੀ ਜ਼ਮੀਨ ਵੱਧ ਖਰਾਗ ਖਾ ਕੇ ਪਾਲਣ ਵਾਲੀਆਂ ਕਿਸਮਾਂ ਨੇ ਇਹਨਾਂ ਦੀ ਆਪਾਂ ਬਜਾਈ ਮਾੜੀ ਜ਼ਮੀਨ ਦੇ ਵਿੱਚ ਨਹੀਂ ਕਰ ਸਕਦੇ ਜਿੱਥੇ ਆਪਣਾ ਪਾਣੀ ਖਰਾਬ ਹੈ ਉੱਥੇ ਆਪਾਂ ਇਹਨਾਂ ਵੈਰੈਟੀਆਂ ਦੀ ਬਜਾਈ ਨਹੀਂ ਕਰਨੀ ਇਹਨਾਂ ਦੇ ਉੱਪਰ ਧਿਆਨ ਵੀ ਆਪਾਂ ਨੂੰ ਜ਼ਿਆਦਾ ਹੀ ਦੇਣਾ ਪੈਂਦਾ ਸਭ ਤੋਂ ਪਹਿਲੇ ਨੰਬਰ ਤੇ ਜੇ ਆਪਾਂ 5 ਨੰਬਰ ਤੋਂ ਸਟਾਰਟ ਕਰਦੇ ਹਾਂ 5ਵੇਂ ਨੰਬਰ ਤੇ ਜਿਹੜੀ ਆਪਣੀ ਵੈਰੈਟੀ ਆਪਣੇ ਕੋਲ ਆਉਂਦੀ ਹੈ PR121 ਬਹੁਤ ਹੀ ਵਧੀਆ ਇਸ ਕਿਸਮ ਨੇ ਪਰਫਾਰਮ ਕੀਤਾ ਹੈ ਬਹੁਤ ਵਧੀਆ ਇਹਦਾ ਚਾਰਡ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ 2013 ਦੇ ਵਿੱਚ ਇਹ ਜਿਹੜੀ ਵੈਰਾਈਟੀ ਹੈ ਯੂਨੀਵਰਸਿਟੀ ਵੱਲੋਂ ਰਿਲੀਜ਼ ਕੀਤੀ ਗਈ ਸੀ 140 ਦਿਨ ਦੀ ਹੈ ਜਿਹੜੀ ਫਸਲ ਹੈ 140 ਦਿਨਾਂ ਦੇ ਵਿੱਚ ਜਿਹੜੀ ਇਹ ਪੱਕ ਕੇ ਤਿਆਰ ਹੋ ਜਾਂਦੀ ਹੈ ਪਨੀਰੀ ਦੇ ਦਿਨ ਪਾ ਕੇ ਛੋਟਾ ਕਦ ਹੁੰਦਾ ਹੈ ਤੇ ਖਰਾਕ ਜਿਵੇਂ ਪਹਿਲਾਂ ਦੱਸਿਆ ਕਿ ਖਰਾਕ ਜਿਹੜੀਆਂ ਵੈਰਾਈਟੀਆਂ ਕੁਝ ਜ਼ਿਆਦਾ ਹੀ ਮੰਗਦੀਆਂ ਨੇ ਇਹਦਾ ਝਾੜ ਆਪਾਂ ਨੂੰ 30 ਕੁਆਂਟਲ ਤੋਂ ਲੈ ਕੇ 35 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦੇਖਣ ਨੂੰ ਜਿਹੜਾ ਮਿਲਿਆ ਹੈ ਕਾਫੀ ਵਧੀਆ ਸ਼ਾਨਦਾਰ ਵੈਰਾਈਟੀ ਹੈ ਬਾਰੇ ਦੇ ਵਿੱਚ ਇੱਕ ਆਪਾਂ ਨੂੰ ਦਿੱਕਤ ਜਿਹੜੀ ਹਲਦੀ ਰੋਗ ਦੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਇਹਦੇ ਤੋਂ ਬਾਅਦ ਦੇ ਵਿੱਚ ਇਹਦੇ ਨਾਲੋਂ ਥੋੜੀ ਜੀ ਹੋਰ ਜੇ ਆਪਾਂ ਵਧੀਆ ਕਿਸਮ ਦੀ ਗੱਲ ਕਰਦੇ ਹਾਂ ਤਾਂ PR122 ਨੇ ਵੀ ਬਹੁਤ ਹੀ ਵਧੀਆ ਜਿਹੜੇ ਰਿਜ਼ਲਟ ਦਿੱਤੇ ਨੇ 146 ਤੋਂ 47 ਦਿਨ ਦੀ ਜਿਹੜੀ ਫਸਲ ਹੁੰਦੀ ਹੈ 146 ਤੋਂ 47 ਦਿਨਾਂ ਦੇ ਵਿੱਚ ਜਿਹੜੀ ਪੱਕ ਕੇ ਤਿਆਰ ਹੁੰਦੀ ਹੈ ਪੀਆਰ 122 ਹਲਦੀ ਰੋਗ ਇਹਦੇ ਵਿੱਚ ਲਾਜ਼ਮੀ ਆਉਂਦਾ ਹੈ 30 ਤੋਂ 35 ਕਵਾਂਟਲ ਪ੍ਰਤੀ ਏਕੜੇ ਦਾ ਚਾੜ ਜਿਹੜਾ ਆਪਾਂ ਨੂੰ ਜ਼ਿਮੀਂਦਾਰਾਂ ਦੇ ਕੋਲੋਂ ਦੇਖਣ ਨੂੰ ਮਿਲਿਆ ਹੈ ਇਦੇ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਹੋਰ ਇਹਦੇ ਨਾਲੋਂ ਵੀ ਕੁਝ ਜ਼ਿਆਦਾ ਵਧੀਆ ਕਿਸਮ ਦੇ ਬਾਰੇ ਪੁੱਛਦੇ ਹੋ ਤਾਂ ਫਿਰ ਇਸ ਤੋਂ ਬਾਅਦ ਦੇ ਵਿੱਚ ਕਿਸਮ ਜਿਹੜੀ ਆਪਣੇ ਕੋਲ ਆਉਂਦੀ ਹੈ ਪੀਲੀ ਪੂਸਾ ਪ੍ਰਾਈਵੇਟ ਕਿਸਮ ਹੈ ਪਰ ਪ੍ਰਾਈਵੇਟ ਕਿਸਮ ਨੇ ਇਹੋ ਜਿਹਾ ਝਾੜ ਦਿੱਤਾ ਹੈ ਕਿ ਯੂਨੀਵਰਸਿਟੀ ਨੂੰ ਵੀ ਇੱਕ ਸਮਾਂ ਜਿਹੜੀਆਂ ਬਾਦੜਾਂ ਪੈ ਗਈਆਂ ਸੀ ਕਿ ਇਹਨਾਂ ਝਾੜ ਹੈ ਯੂਨੀਵਰਸਿਟੀ ਦੇ ਕੋਲੋਂ ਇਸ ਤੋਂ ਉੱਪਰ ਕੋਈ ਕਿਸਮ ਜਿਹੜੀ ਆ ਉਤਿਆਰ ਨਹੀਂ ਕੀਤੀ ਗਈ ਇਹਦੇ ਪੱਕਣ ਦਾ ਸਮਾਂ ਜਿਹੜਾ ਪੱਕਣ ਦਾ ਟਾਈਮ ਕਾਫੀ ਲੰਮਾ ਹੈ 160 ਤੋਂ ਲੈ ਕੇ 165 ਦਿਨਾਂ ਦੇ ਵਿੱਚ ਇਹ ਜਿਹੜੀ ਫਸਲ ਹੈ ਪੱਕ ਕੇ ਤਿਆਰ ਹੁੰਦੀ ਹੈ 35 ਤੋਂ ਲੈ ਕੇ 38 ਜਾਂ 39 ਕੁਆਂਟਲ ਤੱਕ ਵੀ ਕੁਝ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਇਹਦਾ ਚਾੜ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਚੰਗੀ ਜ਼ਮੀਨ ਦੇ ਵਿੱਚ ਹੋਣ ਵਾਲੀ ਕਿਸਮ ਹੈ ਮਾੜੀ ਜ਼ਮੀਨ ਦੇ ਵਿੱਚ ਜੇ ਆਪਾਂ ਮਾੜੇ ਪਾਣੀ ਦੇ ਵਿੱਚ ਇਹਨੂੰ ਲਾ ਦਵਾਂਗੇ ਤਾਂ ਇੱਕ ਕਿਸਮ ਜਿਹੜੀ ਹੈ ਬਿਲਕੁਲ ਵਧੀਆ ਪਰਫਾਰਮ ਨਹੀਂ ਕਰਦੀ ਇਹਦਾ ਚਾੜ ਆਪਾਂ ਨੂੰ ਕੱਟ ਦੇਖਣ ਨੂੰ ਮਿਲਦਾ ਹੈ ਵਧੀਆ ਜ਼ਮੀਨ ਵਧੀਆ ਪਾਣੀ ਤੇ ਵਧੀਆ ਹੀ ਸਾਂਭ ਸੰਭਾਲ ਜਿਹੜੀ ਇਹ ਵੈਰੈਟੀ ਮੰਗਦੀ ਹੈ ਇਹਦੇ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਪਹਿਲੇ ਨੰਬਰ ਤੇ ਕੋਈ ਕਿਸਮ ਦੇ ਬਾਰੇ ਪੁੱਛਦੇ ਹੋ ਕਿ ਪਹਿਲੇ ਨੰਬਰ ਤੇ ਅਸੀਂ ਕਿਹੜੀ ਕਿਸਮ ਹੈ ਜਿਹਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਸਿਰਫ ਇੱਕੋ ਹੀ ਕਿਸਮ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨੇ ਕਿਸਾਨਾਂ ਦੇ ਦਿਲ ਜਿਹੜੇ ਆ ਜਿੱਤੇ ਨੇ ਪੂਸਾ 44 ਬਈ ਸਿੱਧੀ ਜੀ ਗੱਲ ਹੈ ਮਾੜੀ ਜ਼ਮੀਨ ਦੇ ਵਿੱਚ ਕਿਸਮ ਹੁੰਦੀ ਨਹੀਂ ਕਿ ਮਾੜੇ ਪਾਣੀ ਦੇ ਵਿੱਚ ਕਿਸਮ ਜਿਹੜੀ ਆ ਹੁੰਦੀ ਨਹੀਂ ਕਿ ਪਰ ਜਿਹੜੇ ਕਿਸਾਨ ਇੱਕ ਵਾਰੀ ਇਹਦੀ ਬਜਾਈ ਕਰ ਲੈਂਦੇ ਨੇ ਵਧੀਆ ਜ਼ਮੀਨਾਂ ਦੇ ਵਿੱਚ ਚੰਗਾ ਝਾੜ ਜਿੱਥੇ ਆ ਜਾਂਦਾ ਹੈ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਹੋਰ ਕੋਈ ਵੈਰੈਟੀ ਉਹਨਾਂ ਜ਼ਮੀਨਾਂ ਦੇ ਵਿੱਚ ਅੱਜ ਤੱਕ ਦੀ ਲੱਗਦੀ ਵੇਖੀ ਨਹੀਂ ਗਈ ਇਹ ਵੈਰੈਟੀ ਜ਼ਿਮੀਦਾਰਾਂ ਦੀ ਹਮੇਸ਼ਾ ਪਹਿਲੀ ਪਸੰਦ ਹੀ ਰਹੀ ਏ ਪੱਕਣ ਦੇ ਸਮੇਂ ਦੀ ਜੇ ਆਪਾਂ ਗੱਲ ਕਰੀਏ 155 ਤੋਂ ਲੈ ਕੇ 160 ਦਿਨ ਦੇ ਵਿੱਚ ਜਿਹੜੀ ਇਹ ਪੱਕ ਕੇ ਤਿਆਰ ਹੋ ਜਾਂਦੀ ਏ ਬਿਮਾਰੀਆਂ ਦੇ ਵਿੱਚ ਜ਼ਿਆਦਾ ਹੀ ਆਉਂਦੀਆਂ ਨੇ ਲਗਭਗ ਹਰ ਇੱਕ ਬਿਮਾਰੀ ਦਾ ਅਟੈਕ ਜਿਹੜਾ ਇਹਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ 32 ਕੁਆਂਟਲ ਤੋਂ ਲੈ ਕੇ 40 ਕੁਆਂਟਲ ਪ੍ਰਤੀ ਏਕੜ ਤੱਕ ਇਹਦਾ ਝਾੜ ਜਿਹੜਾ ਦੇਖਣ ਨੂੰ ਮਿਲਿਆ ਏ ਇਹਦੇ ਨਾਲੋਂ ਜ਼ਿਆਦਾ ਝਾੜ ਕੱਢਣ ਵਾਲੀ ਅਜੇ ਤੱਕ ਕੋਈ ਵੈਰੈਟੀ ਜਿਹੜੀ ਆ ਹੋਰ ਪੈਦਾ ਨਹੀਂ ਹੋਈ ਪਰ ਗੱਲ ਇਹ ਆਉਂਦੀ ਏ ਕਿ ਇਹਨੂੰ ਜ਼ਮੀਨ ਚੰਗੀ ਚਾਹੀਦੀ ਆ ਪਾਣੀ ਚੰਗਾ ਚਾਹੀਦਾ ਸਾਂਭ ਸੰਭਾਲ ਜਿਹੜੀ ਏ ਕਾਫੀ ਵਧੀਆ ਆਪਣੀ ਹੋਣੀ ਚਾਹੀਦੀ ਹੈ ਤਾਂ ਜਾ ਕੇ ਜਿਹੜੀ ਵੈਰਾਈਟੀ ਹੈ ਚੰਗਾ ਝਾੜ ਦਿੰਦੀ ਹੈ ਸਾਰਿਆਂ ਇਲਾਕਿਆਂ ਦੇ ਵਿੱਚ ਵੈਰਾਈਟੀ ਜਿਹੜੀ ਹੈ ਕਾਮਯਾਬ ਨਹੀਂ ਹੋਈ ਕੁਝ ਕੁ ਚਣਿੰਦਾ ਇਲਾਕਿਆਂ ਦੇ ਵਿੱਚ ਕਾਮਯਾਬ ਹੋਈਏ ਚਣਿੰਦਾ ਜ਼ਮੀਨਾਂ ਦੇ ਵਿੱਚ ਕਾਮਯਾਬ ਹੋਈਏ ਪਰ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਮਯਾਬ ਹੋਈਏ ਉੱਤੇ ਹੋਰ ਕੋਈ ਵੈਰਾਈਟੀ ਨੂੰ ਇਹਨੇ ਕਾਮਯਾਬ ਹੋਣ ਨਹੀਂ ਦਿੱਤਾ ਤੁਸੀਂ ਜਿਸ ਵੈਰਾਈਟੀ ਦੀ ਬਜਾਈ ਕਰਨੀ ਹੈ ਤਾਂ ਆਪਣੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚੋਂ ਪਤਾ ਕਰ ਸਕਦੇ ਹੋ ਜੇ ਕਿਸੇ ਜ਼ਿਮੀਂਦਾਰ ਨੇ ਬਜਾਈ ਕੀਤੀ ਹੈ ਲਾਈ ਸੀ ਪਿਛਲੇ ਸਾਲ ਹੀ ਇਹ ਜਿਹੜੀ ਵੈਰਾਈਟੀ ਹੈ ਚੰਗਾ ਝਾੜ ਉਹਨੂੰ ਮਿਲਿਆ ਹੈ ਤਾਂ ਤੁਸੀਂ ਇਹ ਜਿਹੜੀ ਵੈਰਾਈਟੀ ਆ ਲਾ ਸਕਦੇ ਹੋ ਤੁਹਾਡੇ ਵੀ ਇਹ ਜਿਹੜੀ ਵੈਰਾਈਟੀ ਆ ਕਾਮਯਾਬ ਹੋ ਸਕਦੀ ਹੈ ਸੋ ਇਹ ਕੁਝ ਉਹ ਕਿਸਮਾਂ ਨੇ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਆਪਾਂ ਨੂੰ ਬਹੁਤ ਬਹੁਤ ਵਧੀਆ ਜਿਹੜੇ ਰਿਜ਼ਲਟ ਦਿੱਤੇ ਨੇ ਪਰ ਬੇਨਤੀ ਇਹ ਕਿ ਇਹ ਵੈਰਾਈਟੀਆਂ ਸਾਰਿਆਂ ਇਲਾਕਿਆਂ ਦੇ ਵਿੱਚ ਕਾਮਯਾਬ ਨਹੀਂ ਹੈਗੀਆਂ ਕੁਝ ਇਲਾਕਿਆਂ ਦੇ ਵਿੱਚ ਕਾਮਯਾਬ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਜੇ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੈਰਾਈਟੀ ਦੀ ਬਜਾਈ ਕਰਨੀ ਹੈ ਤਾਂ ਆਪਣੇ ਇਲਾਕੇ ਦੇ ਵਿੱਚੋਂ ਇੱਕ ਵਾਰੀ ਪਤਾ ਜਿਹੜਾ ਜਰੂਰ ਕਰੋ ਸੋ ਇਸ ਵੀਡੀਓ ਦੇ ਵਿੱਚ ਇਹੀ ਕੁਝ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇ ਵੀਡੀਓ ਚੰਗੀ ਲੱਗੇ ਹੋਰ ਜ਼ਿਮੀਂਦਾਰਾਂ ਦੇ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਵੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ